ਫੜਦਾ ਇੱਦਾਂ ਕਿਸੇ ਨੂੰ ਕਿੰਨੇ ਨੇ ਵੱਡਿਆ ਅੱਜ ਤੱਕ ਤੁਸੀਂ ਕੁੱਤੇ ਦੇ ਵੱਢਣ ਦੇ ਮਾਮਲੇ ਦੇਖੇ ਜਾਂ ਸੁਣੇ ਹੋਣਗੇ, ਪਰ ਜਿਸ ਮਾਮਲੇ ਬਾਰੇ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਉਸ ਬਾਰੇ ਜਾਣ ਕੇ ਤੁਸੀਂ ਹੈਰਾਨ ਜ਼ਰੂਰ ਹੋਵੋਗੇ। ਜੀ ਹਾਂ, ਇਹ ਮਾਮਲਾ ਹੈ ਇੱਕ ਨੌਜਵਾਨ ਦੇ ਵੱਲੋਂ ਚਾਰ ਲੋਕਾਂ ਨੂੰ ਵੱਢਣ ਦਾ। ਰੱਸੀਆਂ ਨਾਲ ਬੰਨਿਆ ਇਹ ਨੌਜਵਾਨ ਜੋ ਤੁਸੀਂ ਵੇਖ ਰਹੇ ਹੋ, ਇਸਨੇ ਜਲੰਧਰ ਦੇ ਬਲਵੰਤ ਨਗਰ ਦੇ ਚਾਰ ਲੋਕਾਂ ਨੂੰ ਵੱਢ ਖਾਧਾ। ਚਸ਼ਮਦੀਦਾਂ ਦੇ ਮੁਤਾਬਕ ਉਹਨਾਂ ਦੇ ਗੁਆਂਢੀਆਂ ਦੇ ਘਰ ਇੱਕ ਨੌਜਵਾਨ ਗੁੱਸੇ ਵਿੱਚ ਆਇਆ, ਜਿਸਨੇ ਕਿ ਉਸ ਨੂੰ ਵੱਢ ਖਾਧਾ। ਇਹ ਸਭ ਵੇਖ ਕੇ ਜਦ ਚਸ਼ਮਦੀਦ ਦੀ ਮਾਂ ਆਪਣੇ ਗੁਆਂਢੀ ਨੂੰ ਬਚਾਉਣ ਦੇ ਲਈ ਪਹੁੰਚੀ ਤਾਂ ਉਕਤ ਨੌਜਵਾਨ ਨੇ ਉਸਦੀ ਮਾਂ ਦੇ ਹੱਥਾਂ ਨੂੰ ਵੀ ਬੁਰੀ ਤਰ੍ਹਾਂ ਵੱਢ ਦਿੱਤਾ। ਇਸ ਤਰ੍ਹਾਂ ਪੀੜਤਾ ਨੂੰ ਜੋ ਵੀ ਬਚਾਉਣ ਦੇ ਲਈ ਅੱਗੇ ਆਉਂਦਾ ਗਿਆ ਤੇ ਨੌਜਵਾਨ ਉਸ ਨੂੰ ਹੀ ਵੱਢਦਾ ਗਿਆ। ਉੱਥੇ ਹੀ ਇਹ ਸਭ ਵੇਖ ਕੇ ਲੋਕਾਂ ਦੀ ਭੀੜ ਇਕੱਠੀ ਹੋਣੀ ਵੀ ਸ਼ੁਰੂ ਹੋ ਗਈ ਅਤੇ ਜਲਦ ਹੀ ਲੋਕਾਂ ਦੀ ਭੀੜ ਨੇ ਉਕਤ ਨੌਜਵਾਨ ਨੂੰ ਕਾਬੂ ਕਰਕੇ ਪੁਲਿਸ ਨੂੰ ਸੂਚਿਤ ਕੀਤਾ। ਇਸ ਤੋਂ ਬਾਅਦ ਜਦ ਮਾਮਲਾ ਪੁਲਿਸ ਕੋਲ ਪਹੁੰਚਿਆ ਤਾਂ ਖੁਲਾਸਾ ਹੋਇਆ ਕਿ ਉਕਤ ਨੌਜਵਾਨ ਮਾਨਸਿਕ ਤੌਰ ਤੇ ਪਰੇਸ਼ਾਨ ਹੈ, ਜਿਸ ਦੇ ਬਾਰੇ ਡਾਕਟਰ ਨੇ ਦੱਸਿਆ ਕਿ ਉਕਤ ਨੌਜਵਾਨ ਨੂੰ ਹਾਈਡਰੋਫੋਬੀਆ ਨਾਮਕ ਬਿਮਾਰੀ ਹੈ, ਕਿਉਂਕਿ ਇਸ ਬਿਮਾਰੀ ਦੇ ਚੱਲਦਿਆਂ ਮਰੀਜ਼ ਕਦੇ ਨਾ ਕਦੇ ਕੁੱਤੇ ਦੀ ਤਰ੍ਹਾਂ ਜਾਂ ਕਿਸੇ ਹੋਰ ਜਾਨਵਰ ਦੀ ਤਰ੍ਹਾਂ ਵੱਢਣਾ ਸ਼ੁਰੂ ਕਰ ਦਿੰਦਾ ਹੈ। ਅਜਿਹੇ ਦੇ ਵਿੱਚ ਮਰੀਜ਼ ਦਾ ਜਨਤਕ ਥਾਵਾਂ ਤੇ ਰਹਿਣਾ ਜਾਨਲੇਵਾ ਜਾਂ ਹਾਨੀਕਾਰਕ ਹੋ ਸਕਦਾ ਹੈ। ਕ੍ਰਿਸ਼ਨ ਨਗਰ ਆਇਆ ਹੈ, ਘਰ ਛੱਡਿਆ ਜੀ? ਕ੍ਰਿਸ਼ਨ ਨਗਰ ਇੱਧਰ ਕਿੱਦਾਂ ਆਇਆ? ਕੌਣ ਲੈ ਕੇ ਆਇਆ? ਆਪੇ ਆਇਆ? ਪਹਿਲੇ ਵੀ ਵੱਢਦਾ ਇੱਦਾਂ ਕਿਸੇ ਨੂੰ? ਕਿੰਨੇ ਨੇ ਵੱਢਿਆ? ਹੁਣ ਠੀਕ ਆ ਤੂੰ? ਵੱਡੇਗਾ ਤਾਂ ਨਹੀਂ? ਛੱਡੇ ਭਾਜੀ ਉਹਨਾਂ ਦੇ ਘਰ ਨਾ, ਇਹ ਤੇ ਉਹਨਾਂ ਦੇ ਘਰ ਕਹਿੰਦੇ ਦਰਵਾਜ਼ੇ 'ਚ ਨਾ ਕੋਈ ਵੜ ਗਿਆ ਅੰਦਰ ਮੁੰਡਾ, ਉਹ ਕਹਿੰਦੇ ਸਾਡੇ ਘਰ ਕੋਈ ਆਇਆ। ਉਹ ਵਿਚਾਰੇ ਇੱਦਾਂ ਕਹਿੰਦੇ ਕਿ ਕੋਈ ਮੁੰਡਾ ਆਇਆ ਗੈਸਟ ਸਾਡੇ ਘਰ, ਤਾਂ ਇੰਨੀ ਦੇਰ ਉਹਨਾਂ ਨੂੰ ਹੱਥ ਵੜ ਲਏ, ਉਹਨਾਂ ਦੋਨਾਂ ਦੇ ਤਾਂ ਖਾਣ ਲੱਗ ਗਿਆ, ਦੋਨੇ ਹੱਥ ਵੱਢ ਲਏ ਆ। ਇੰਨੀ ਦੇਰ ਮਾਤਾ ਬਾਹਰ ਨਿਕਲੇ, ਇਹਨਾਂ ਨੂੰ ਆਵਾਜ਼ ਸੁਣੀ ਹੈ ਚੀਕਾਂ ਦੀ, ਚੀਕਾਂ ਮਾਰਦੇ ਪਏ ਆ, ਇਹ ਬਚਾਣ ਗਏ ਆ, ਇਹ ਉਹਨਾਂ ਨੂੰ ਛੱਡ ਕੇ ਤੇ ਬਾਅਦ ਚੋਂ ਇਹਨਾਂ ਨੂੰ ਫੜ ਲਿਆ ਇਹਨਾਂ ਨੂੰ। ਬਸ ਮੈਂ ਦੇਖਿਆ ਤਾਂ ਹੱਥ ਪੂਰਾ ਉਪਰੋਂ ਖਾ ਲਿਆ ਸੀ, ਬਸ ਇੱਕਦਮ ਟਕੋਰ ਚ ਲੈ ਗਏ ਉਹਨਾਂ ਨੇ ਜਾ ਕੇ, ਬਸ ਪੱਟੀਆਂ ਪੁੱਟੀਆਂ ਕਰਨੀਆਂ। ਇੰਨੀ ਦੇਰ ਉੱਥੇ ਇੱਕ ਹੋਰ ਕੁੜੀ ਆ ਗਈ ਹੈ, ਕਹਿੰਦੇ ਉਹਨੂੰ ਵੀ ਇੰਨੇ ਹੀ ਵੱਡਿਆ, ਕੋਈ 16-17 ਸਾਲ ਦੀ ਕੁੜੀ ਨੀ, ਉਹ ਕਹਿੰਦੇ ਉਹਨਾਂ ਨੇ ਵੀ ਇਹਨੂੰ ਵੀ ਕੁੜੀ ਨੂੰ ਉਹਨੇ ਕੁੱਤੇ ਨੇ ਵੱਡਿਆ, ਉਹਨੇ ਮੁੰਡੇ ਨੇ ਵੱਡਿਆ। ਬਸ ਫਿਰ ਨਹੀਂ, ਜਿਨ੍ਹਾਂ ਨੂੰ ਪਹਿਲੇ ਵੱਡਿਆ ਉਹਨਾਂ ਦਾ ਕੀ ਨਾਮ ਆ? ਉਹਨਾਂ ਦਾ ਜਨਕ, ਉਹਨਾਂ ਦਾ ਜਨਕ ਹੈ ਨਾ। ਅੱਛਾ ਜੀ, ਤੇ ਤੁਹਾਡੇ ਜਿਹੜੇ ਮਾਤਾ ਜੀ ਉਹਨਾਂ ਦਾ ਕੀ ਨਾਮ? ਉਹਨਾਂ ਦਾ ਰਾਮ ਪਿਆਰੀ ਹੈ ਨਾ। ਅੱਛਾ ਜੀ, ਤੇ ਪੁਲਿਸ ਵਗੈਰਾ ਨੂੰ ਤੁਸੀਂ ਕੋਈ ਕੰਪਲੇਂਟ ਵਗੈਰਾ ਕੀਤੀ ਸੀ ਫਿਰ ਉਹਨਾਂ ਨੇ? ਹਾਂਜੀ, ਟਕੋਰ 'ਚ ਜਾ ਕੇ ਫਿਰ ਦੱਸਿਆ ਸੀ ਸਾਰਿਆਂ ਨੂੰ, ਉਹਨੇ ਮੁੰਡੇ ਨੂੰ ਬੰਨਿਆ ਜਾ ਕੇ, ਫਿਰ ਉਹਨਾਂ ਨੇ ਪੁਲਿਸ ਬੁਲਾਈ ਹੈ, ਫਿਰ ਪੁਲਿਸ ਵਾਲੇ ਉਹਨੂੰ ਲੈ ਗਏ ਆ ਸਿਵਲ ਹਸਪੀਟਲ। ਇਹ ਆਪਣਾ ਇਹ ਜਿੱਥੇ ਆਪਾਂ ਰਹਿੰਦੇ ਹਾਂ ਕਿਹੜਾ ਏਰੀਆ ਪੈਂਦਾ? ਇਹ ਬਲਵੰਤ ਨਗਰ ਜੀ। ਕਿੱਦਾਂ ਦੇ ਕੇਸ ਜਿਹੜੇ ਜ਼ਿਆਦਾਤਰ ਹਾਈਡਰੋਫੋਬੀਆ ਦੇ ਹੁੰਦੇ ਆ, ਜਿਹਦੇ ਵਿੱਚ ਇਨਸਾਨ ਨੂੰ ਕੁੱਤੇ ਨੇ ਕੱਟਿਆ ਹੁੰਦਾ ਹੈ ਅਤੇ ਉਹ ਇੰਜੈਕਸ਼ਨ ਨਾਲ ਲਗਵਾਉਣ ਕਾਰਨ ਇਨਗੈਲੀ ਕਰਦੇ ਹੋਏ ਆਉਣ ਵਾਲੇ ਸਮੇਂ ਵਿੱਚ ਉਹਨੂੰ ਜਿੱਥੋਂ ਪਾਣੀ ਤੋਂ ਡਰਦਾ ਹੈ ਅਤੇ ਉਹ ਜ਼ਿਆਦਾ ਤੋਂ ਜ਼ਿਆਦਾ ਬੰਦਿਆਂ ਨੂੰ ਕੱਟਣ ਦੀ ਕੋਸ਼ਿਸ਼ ਕਰਦਾ ਹੈ ਕੁੱਤੇ ਦੀ ਤਰ੍ਹਾਂ। ਇਹ ਕੀ ਬਿਮਾਰੀ ਦਾ ਨਾਮ ਕੀ ਹੈ? ਇਹ ਬਿਮਾਰੀ ਦਾ ਨਾਮ ਹਾਈਡਰੋਫੋਬੀਆ, ਜਿਹਦੇ ਵਿੱਚ ਬੱਚੇ ਜਿਹੜੇ ਹੈਗੇ ਆ ਪਾਣੀ ਤੋਂ ਡਰਦੇ ਨੇ, ਕਿਉਂਕਿ ਕੁੱਤੇ ਜਦੋਂ ਕੁੱਤੇ ਦਾ ਕੱਟਣ ਤੋਂ ਬਾਅਦ ਇਹ ਬਿਮਾਰੀ ਹੋ ਜਾਂਦੀ ਹੈ ਅਤੇ ਉਹ ਜਦੋਂ ਉਹਨਾਂ ਨੂੰ ਦੇ ਵਿੱਚ ਫੈਲ ਜਾਂਦੇ ਆ ਅਤੇ ਉਹ ਪਾਣੀ ਤੋਂ ਡਰਨ ਲੱਗ ਪੈਂਦਾ। ਉੱਥੇ ਹੀ ਮੁਹੱਲੇ ਦੇ ਵਿੱਚ ਹੋਈ ਇਸ ਵਾਰਦਾਤ ਤੋਂ ਬਾਅਦ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਜੋ ਵੀ ਇਸ ਮਾਮਲੇ ਦੇ ਬਾਰੇ ਸੁਣਦਾ ਹੈ ਹੈਰਾਨ ਹੋਣ ਦੇ ਨਾਲ ਨਾਲ ਇੱਕ ਪਲ ਦੇ ਲਈ ਡਰ ਵੀ ਜਾਂਦਾ ਹੈ। ਬਿਊਰੋ ਰਿਪੋਰਟ। ਵਧੇਰੇ ਖਬਰਾਂ ਲਈ ਤੁਸੀਂ ਵੇਖਦੇ ਰਹੋ ਅਜੀਤ ਵੈਬ ਟੀਵੀ।